ਇਸ ਬਟੇ ਅੱਜ ਆਪਾਂ ਪਹਿਲਾਂ ਮੁਹਾਵਰੇ ਕਰਦੇ ਹਾਂ ਸੱਸਾ ਭਾਗ ਆਪਾਂ ਆਲਰੇਡੀ ਸਟਾਰਟ ਕੀਤੇ ਹੋਏ ਆ ਸੱਸਾ ਭਾਗ ਮੁਹਾਵਰੇ ਆਪਣੇ ਸਿਲੇਬਸ ਦੇ ਵਿੱਚ ਗ੍ਰਾਮਰ ਦੇ ਵਿੱਚ ਊੜੇ ਤੋਂ ਲੈ ਕੇ ਹਾਹਾ ਤੱਕ ਮੁਹਾਵਰੇ ਹਨ ਊੜਾ ਐੜਾ ਈੜੀ ਭਾਗ ਤੁਸੀਂ ਆਲਰੇਡੀ ਪਹਿਲਾਂ PT3 ਲਈ ਕਰ ਚੁੱਕੇ ਹੋ ਹੁਣ ਸੱਸਾ ਤੇ ਹਾਹਾ ਭਾਗ ਕੰਪਲੀਟ ਕਰ ਲਾਂਗੇ ਔਰ ਇਹਦੀ ਵੇਟੇਜ ਹੈ ਜਿਹੜੀ ਪੇਪਰ 'ਚ 6 ਨੰਬਰ ਨੇ 6 ਮਾਰਕਸ ਦੇ ਮੁਹਾਵਰੇ ਨੇ 4 ਨੰਬਰ ਦੇ ਤੁਹਾਡੇ ਵਿਸਮਿਕ ਨੇ ਆਪਾਂ ਸੱਸਾ ਭਾਗ ਮੁਹਾਵਰੇ ਕੀਤੇ ਸੀ सिर ते पैर रख के दौड़ना इथों स्टार्ट करना है ना सिर ते पैर रख के दौड़ना तेजी नाल बचा करके दौड़ना कदों इंसान सिर ते पैर रख के दौड़दा जदों किसी मुसीबत चो बचना होवे ठीक है नेरी चक्कर तूफान ने उन्हें घेर लिया उस सिर ते पैर रख के दौड़िया तां किते जाके घर पहुंचिया तेजी नाल दौड़िया कि मीह चक्कर तो बचा जाए रस्ते विच लुटेरियां दी टोली उसने अपने आंदे अपने वल आंदी देखी उस सिर ते पैर रख के दौड़िया ਤਾਂ ਕਿਤੇ ਆਪਣੇ ਚਾਚੇ ਦੇ ਘਰ ਪਹੁੰਚਿਆ ਤੇ ਸਾਹ ਲਿਆ ਉਸਨੇ ਠੀਕ ਹੈ ਬੇਟੇ ਤੁਸੀਂ ਸਿਰਫ ਵਾਕ ਬਣਾਓ ਆਪਣੀ ਫੇਅਰ ਨੋਟਬੁੱਕ ਤੇ ਮੁਹਾਵਰਿਆਂ ਦੇ ਅਰਥ ਤੁਸੀਂ ਬੁੱਕ ਤੋਂ ਲਰਨ ਕਰ ਲਓ ਮੁਹਾਵਰਾ ਵੀ ਲਰਨ ਕਰਨਾ ਠੀਕ ਹੈ ਅਰਥ ਦਾ ਮੁਹਾਵਰਾ ਮੁਹਾਵਰੇ ਦਾ ਅਰਥ ਤੇ ਅਰਥ ਦੱਸ ਕੇ ਵਾਕ ਬਣਾਉਣਾ ਹੈ ਠੀਕ ਹੈ ਬੱਚੇ ਨੈਕਸਟ ਹੈ ਸਰ ਕਰਨਾ ਜਿੱਤ ਲੈਣਾ ਇੱਕ ਹੁੰਦਾ ਸਰ ਕਰਨਾ ਇੱਕ ਹੁੰਦਾ ਸਰ ਜਾਣਾ ਦੋਨਾਂ ਚ ਫਰਕ ਹੈ ਸਰ ਕਰਨਾ ਜਿੱਤਣਾ ਹਰੀ ਸਿੰਘ ਨਲਵਾ ਨੇ ਬਹੁਤ ਸਾਰੇ ਕਿਲੇ ਸਰ ਕੀਤੇ ਆ ਮਹਾਰਾਜ ਜਿਸ ਨੇ ਬਹੁਤ ਸਾਰੀਆਂ ਲੜਾਈਆਂ ਸਰ ਕੀਤੀਆਂ ਨੇ ਠੀਕ ਹੈ ਸਰ ਕਰਨਾ ਜਿੱਤਣਾ ਤੇ ਸਰ ਜਾਣਾ ਲੋੜ ਪੂਰੀ ਹੋ ਜਾਣੀ ਉਸੇ ਮਿੱਤਰ ਨੇ ਉਹਨੂੰ 500 ਰੁਪਏ ਦਿੱਤੇ ਤਾਂ ਉਸਨੇ ਕਿਹਾ ਕਿ ਮੇਰਾ ਇੰਨੇ ਪੈਸੇ ਨਾਲ ਸਰ ਜਾਵੇਗਾ ਠੀਕ ਹੈ ਸਰ ਜਾਣਾ ਲੋੜ ਪੂਰੀ ਹੋ ਜਾਣਾ ਸਿਰ ਖਾਣਾ ਤਾਂ ਤੁਹਾਨੂੰ ਕਲੀਅਰ ਹੀ ਹੈ ਇਹ ਤਾਂ ਤੁਸੀਂ ਜੂਨੀਅਰ ਕਲਾਸਿਸ ਤੋਂ ਕਰਦੇ ਆ ਰਹੇ ਹੋ ਸਿਰ ਖਾਣਾ ਰੋਲਾ ਪਾਉਣਾ ਬਹੁਤ ਰੋਲਾ ਪਾਉਣਾ ਦੁਖੀ ਕਰਨਾ ਠੀਕ ਹੈ ਛੁੱਟੀ ਵਾਲੇ ਦਿਨ ਬੱਚੇ ਸਿਰ ਖਾ ਜਾਂਦੇ ਨੇ ਆਪਣੀ ਆਪਣੀ ਮੰਗਾਂ ਲੈ ਕੇ ਬੱਚੇ ਮਾਂ ਬਾਪ ਦਾ ਸਿਰ ਖਾ ਜਾਂਦੇ ਨੇ ਕਿ ਅਸੀਂ ਅੱਜ ਬਾਹਰ ਘੁੰਮਣ ਜਾਣਾ ਬੱਚਿਆਂ ਨੇ ਸਵੇਰ ਦਾ ਸਿਰ ਖਾਧਾ ਹੋਇਆ ਸੀ ਕਿ ਅਸੀਂ ਅੱਜ ਪਤੰਗਾਂ ਉਡਾਉਣੀਆਂ ਹਨ ਸੁੱਕਣੇ ਪਾਉਣਾ ਜ਼ਿੰਮੇਵਾਰੀ ਦੇ ਕੇ ਬਾਤ ਨਾ ਪੁੱਛਣੀ ਸੁੱਕਣੇ ਪਾਉਣਾ ਬਹੁਤ ਇੰਤਜ਼ਾਰ ਕਰਵਾਉਣਾ ਦੇਖੋ ਹੁਣ ਜਦੋਂ ਕੋਈ ਆਪਣੇ ਸ਼ਹਿਰ ਵਿੱਚ ਕੋਈ ਨੇਤਾ ਜੀ ਨੇ ਆਉਣਾ ਨਾ CM ਨੇ ਆਉਣਾ ਠੀਕ ਹੈ ਕੋਈ ਵੀ ਨੇਤਾ ਆਉਣਾ ਤਾਂ ਪੁਲਿਸ ਨੂੰ ਸਵੇਰ ਤੋਂ ਹੀ ਸੁੱਕਣੇ ਪਾਇਆ ਹੁੰਦਾ ਕਿ ਇੱਥੋਂ ਵੱਡੇ ਨੇਤਾ ਜੀ ਨੇ ਨਿਕਲਣਾ ਇਸ ਕਰਕੇ ਤੁਸੀਂ ਆਪਣੀ ਡਿਊਟੀ ਕਰਨੀ ਤੇ ਕੋਈ ਬਾਤ ਵੀ ਨਹੀਂ ਪੁੱਛਦਾ ਉਹਨਾਂ ਦੀ ਸਾਰਾ ਦਿਨ ਵਿਚਾਰੇ ਸੁੱਕਣੇ ਪਾਏ ਹੁੰਦੇ ਨੇ ਪੁਲਿਸ ਦੀ ਨੌਕਰੀ ਅਜਿਹੀ ਹੈ ਕਿ ਜਦੋਂ ਵੀ ਕਿਸੇ ਮਨਿਸਟਰ ਨੇ ਆਉਣਾ ਹੁੰਦਾ ਕੋਈ ਨੇਤਾ ਨੇ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਨੇ ਆਉਣਾ ਹੁੰਦਾ ਤਾਂ ਪੁਲਿਸ ਵਾਲਿਆਂ ਨੂੰ ਸੁੱਕਣੇ ਪਾ ਦਿੱਤਾ ਜਾਂਦਾ ਨੈਕਸਟ ਸਰ ਜਾਣਾ ਇਹ ਆਪਾਂ ਆਲਰੇਡੀ ਇਹਨੇ ਡਿਸਕਸ ਕੀਤਾ ਸਰ ਜਾਣਾ ਬੇਟੇ ਲੋੜ ਪੂਰੀ ਹੋ ਜਾਣੀ ਨੈਕਸਟ ਹੈ ਸਿਰ ਦੇਣਾ ਕੁਰਬਾਨੀ ਦੇਣੀ ਸਿਰ ਦੇਣਾ ਕੁਰਬਾਨੀ ਦੇਣੀ ਕਿ ਸਿੱਖ ਕੌਮ ਹੈ ਜਿਹੜੀ ਅਜਿਹੀ ਬਹਾਦਰ ਕੌਮ ਹੈ ਜਿਹੜੀ ਕਿ ਆਪਣੇ ਦੇਸ਼ ਕੌਮ ਦੀ ਖਾਤਰ ਸਿਰ ਦੇਣਾ ਚਾਹੁੰਦੀ ਹੈ ਪੰਜਾਬੀ ਕੌਮ ਅਜਿਹੀ ਅਨਖੀ ਕੌਮ ਹੈ ਜੋ ਸਿਰ ਦੇਣਾ ਚਾਹੁੰਦੀ ਹੈ ਸਿਰ ਦੇਣਾ ਕੁਰਬਾਨੀ ਦੇਣਾ ਚੰਗੀ ਤਰ੍ਹਾਂ ਸਿੱਖਿਆ ਵਿਰਾਸਤ ਵਿੱਚ ਮਿਲਿਆ ਨੈਕਸਟ ਹੈ ਸੰਗ ਪਾੜ ਪਾੜ ਕੇ ਕਹਿਣਾ ਉੱਚੀ ਉੱਚੀ ਬੋਲਣਾ ਉਹਨੇ ਕਚਹਿਰੀ ਵਿੱਚ ਭਰੀ ਪੰਚਾਇਤ ਵਿੱਚ ਸੰਗ ਪਾੜ ਪਾੜ ਕੇ ਕਿਹਾ ਕਿ ਉਸਦੇ ਪੁੱਤਰ ਦਾ ਕੋਈ ਦੋਸ਼ ਨਹੀਂ ਉਹਨੂੰ ਝੂਠਾ ਹੀ ਫਸਾਇਆ ਜਾ ਰਿਹਾ ਮੁਸੀਬਤ ਵਿੱਚ ਉਸਦੇ ਪੁੱਤਰ ਨੇ ਕੋਈ ਗਲਤੀ ਨਹੀਂ ਕੀਤੀ ਸਰਬ ਦਾ ਸਬਰ ਦਾ ਪਿਆਲਾ ਭਰ ਜਾਣਾ ਹੋਰ ਸਹਿਣ ਨਾ ਹੋਣਾ ਸਬਰ ਦਾ ਪਿਆਲਾ ਭਰ ਜਾਣਾ ਹੋਰ ਸਹਿਣ ਨਾ ਹੋਣਾ ਕਿਰਾਏਦਾਰਾਂ ਦੀਆਂ ਜਾਂ ਗੁਆਂਢੀਆਂ ਦੇ ਬੋਲ ਕਬੋਲ ਸੁਣ ਕੇ ਹੁਣ ਉਹਨਾਂ ਦਾ ਸਬਰ ਦਾ ਪਿਆਲਾ ਭਰ ਗਿਆ ਉਹਨਾਂ ਨੇ ਪੁਲਿਸ ਵਿੱਚ ਰਿਪੋਰਟ ਕਰਵਾ ਦਿੱਤੀ ਜਦੋਂ ਕੋਈ ਕਿਸੇ ਤੋਂ ਜ਼ਿਆਦਾ ਦੁਖੀ ਹੋ ਜਾਏ ਤਾਂ ਨਾ ਫਿਰ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਣੀ ਪੈਂਦੀ ਹੈ ਠੀਕ ਹੈ ਜਦੋਂ ਇਲਾਕੇ ਵਿੱਚ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੇ ਅੱਤ ਚੁੱਕ ਲਈ ਤਾਂ ਇਲਾਕੇ ਵਾਲਿਆਂ ਦਾ ਸਬਰ ਦਾ ਪਿਆਲਾ ਭਰ ਗਿਆ ਤੇ ਉਹਨਾਂ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਉਹ ਜਾ ਕੇ ਪੁਲਿਸ ਕਮਿਸ਼ਨਰ ਨੂੰ ਮਿਲਿਆ ਕਿ ਸਾਡੇ ਇਲਾਕੇ ਦੀ ਸੁਰੱਖਿਆ ਦੇ ਲਈ ਕੋਈ ਸਟੈਪ ਲਏ ਜਾਣ ਨੈਕਸਟ ਹੈ ਸਮੇਂ ਦੀ ਨਬਜ਼ ਪਛਾਣਨਾ ਜਿਹੜੇ ਸਮੇਂ ਦੀ ਨਬਜ਼ ਪਛਾਣ ਕੇ ਚੱਲਦੇ ਨੇ ਨਾ ਉਹ ਜ਼ਿੰਦਗੀ 'ਚ ਸਫਲ ਹੁੰਦੇ ਨੇ ਸਮੇਂ ਦੀ ਨਬਜ਼ ਪਛਾਣ ਕੇ ਹੀ ਕੋਈ ਸਟੈਪ ਲੈਣਾ ਚਾਹੀਦਾ ਕੋਈ ਕਦਮ ਉਠਾਉਣੇ ਚਾਹੀਦੇ ਨੇ ਸਮੇਂ ਨੂੰ ਪਛਾਣਨ ਵਾਲੇ ਜਿਹੜੇ ਨੇ ਉਹ ਕਦੀ ਮਾਰ ਨਹੀਂ ਖਾਂਦੇ ਸਮੇਂ ਦੀ ਨਬਜ਼ ਨੂੰ ਪਛਾਣਨਾ ਜ਼ਰੂਰੀ ਹੈ ਅਜੋਕੇ ਸਮੇਂ ਵਿੱਚ ਵੀ ਸਾਹ ਨਾ ਲੈਣ ਦੇਣਾ ਜਿਹੜੇ ਕਰਜ਼ੇ ਨੇ ਇਨਸਾਨ ਨੂੰ ਸਾਹ ਨਹੀਂ ਲੈਣ ਦਿੰਦੇ ਧੀਆਂ ਦੇ ਵਿਆਹਾਂ ਤੇ ਪਈਆਂ ਜ਼ਿੰਮੇਵਾਰੀਆਂ ਇਨਸਾਨ ਨੂੰ ਸਾਹ ਨਹੀਂ ਲੈਣ ਦਿੰਦੀਆਂ ਠੀਕ ਹੈ ਜਿਨ੍ਹਾਂ ਦਾ ਵਪਾਰ ਬਹੁਤ
ਬਹੁਤ ਜ਼ਿਆਦਾ ਐਸਟੈਬਲਿਸ਼ ਹੋਇਆ ਹੋਇਆ, ਬਹੁਤ ਜ਼ਿਆਦਾ ਵਧੀਆ, ਉਹਨੂੰ ਤਾਂ ਸਾਹ ਲੈਣ ਦਾ ਵਕਤ ਨਹੀਂ ਹੈ। ਠੀਕ ਹੈ, ਜਿਹੜੇ ਆੜਤੀ ਨੇ, ਜਿਹੜੇ ਅੜ ਦਾ ਕੰਮ ਕਰਦੇ ਨੇ, ਉਹਨੂੰ ਸਾਹ ਲੈਣ ਦਾ ਵਕਤ ਨਹੀਂ ਮਿਲਦਾ, ਅੜ ਦਾ ਕੰਮ ਉਹਨਾਂ ਨੂੰ ਸਾਹ ਨਹੀਂ ਲੈਣ ਦਿੰਦਾ। ਨੈਕਸਟ, ਸਿੱਧੇ ਮੂੰਹ ਗੱਲ ਨਾ ਕਰਨੀ, ਹੰਕਾਰ ਆ ਜਾਣਾ, ਚਾਰ ਪੈਸੇ ਕੀ ਆ ਗਏ, ਉਹਨਾਂ ਦਾ ਮੁੰਡਾ ਅਫਸਰ ਕੀ ਬਣ ਗਿਆ, ਉਹ ਤਾਂ ਕਿਸੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਹੁਣ ਜਮਾਤ ਵਿੱਚ ਦੇਖ ਲਓ, ਕੋਈ ਬੱਚੇ ਨੂੰ ਜਿਹੜਾ ਅਵਲ ਦਰਜੇ ਤੇ ਆਇਆ, ਬਾਕੀ ਬੱਚਿਆਂ ਨੂੰ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ, ਉਹਨੂੰ ਆਪਣੀ ਪੜ੍ਹਾਈ ਦਾ ਹੀ ਬੜਾ ਹੰਕਾਰ, ਕੋਈ ਇਹ ਨਹੀਂ ਸਮਝ ਆਉਂਦੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਲਾਸਟ ਵਨ, ਸੱਸਾ ਭਾਗ, ਸਿਰ ਦੀ ਮੁੱਛ ਫੜਨੀ, ਸ਼ੇਰ ਦੀ ਮੁੱਛ ਫੜਨੀ, ਬਹਾਦਰੀ ਵਾਲਾ ਕੰਮ ਕਰਨਾ, ਜਿਵੇਂ ਸਿਰ ਤਲੀ ਤੇ ਧਰਨਾ, ਹੈ ਨਾ, ਜਾਨ ਦੀ ਪਰਵਾਹ ਨਾ ਕਰਨੀ, ਪਰ ਬਹਾਦਰੀ ਵਾਲਾ ਕੰਮ ਕਰਨਾ। ਬਲਜੀਤ ਨੇ ਡੁੱਬਦੇ ਬੱਚੇ ਨੂੰ, ਨਹਿਰ ਦੇ ਵਿੱਚੋਂ ਡੁੱਬਦੇ ਬੱਚੇ ਨੂੰ ਬਚਾ ਕੇ ਸ਼ੇਰ ਦੀ ਮੁੱਛ ਫੜਨ ਵਾਲਾ ਕੰਮ ਕੀਤਾ, ਬੜੀ ਬਹਾਦਰੀ ਵਾਲਾ ਕੰਮ ਕੀਤਾ। ਕਲੀਅਰ, ਸੱਸਾ ਭਾਗ ਕੰਪਲੀਟ। ਸੱਸਾ ਭਾਗ ਤੱਕ ਸਾਰੇ ਮੁਹਾਵਰੇ ਰਿਵਾਈਜ਼ ਕਰਨੇ ਹਨ। ਹੁਣ ਹਾਹਾ ਭਾਗ ਦੇ ਤੁਸੀਂ 30 ਤੱਕ ਕਰ ਲਓ, ਸਫੀਸ਼ੈਂਟ ਹੈ। ਠੀਕ ਹੈ, 30 ਤੱਕ ਪਹਿਲਾਂ ਆਪਾਂ ਕਰਦੇ ਹਾਂ ਹਾਹਾ ਭਾਗ। ਅੱਜ ਪਹਿਲਾਂ ਸਿਰਫ ਇੱਕ ਪੇਜ ਹੀ ਕਰ ਲੈਂਦੇ ਹਾਂ 20 ਤੱਕ। ਠੀਕ ਹੈ, ਹਜਾਮਤ ਕਰਨਾ, ਹਜਾਮਤ ਕਰਨਾ, ਇਹਦੇ ਨਾਲ ਤਾਂ ਅੱਗੇ ਵੀ ਇੱਕ ਮੁਹਾਵਰਾ ਕੀਤਾ ਹੋਇਆ, ਛਿੱਲ ਲਾਉਣੀ, ਸੱਚਾ ਭਾਗ ਵਿੱਚ ਆਉਂਦਾ। ਹਜਾਮਤ ਕਰਨਾ, ਠੱਗਣਾ, ਠੱਗਣਾ, ਜਦੋਂ ਕੋਈ ਮੇਲੇ ਤਿਉਹਾਰਾਂ ਦੇ ਦਿਨ ਹੁੰਦੇ ਨੇ ਤਾਂ ਜਿਹੜੇ ਦੁਕਾਨਦਾਰ ਨੇ ਲਬਦੀ ਲਾ ਲੈਂਦੇ ਨੇ, ਗਾਹਕਾਂ ਦੀ ਚੰਗੀ ਹਜਾਮਤ ਕਰਦੇ ਨੇ। ਨੌਕਰ ਨੇ ਮਿੱਠਾ ਬਣ ਕੇ ਸੇਠ ਦੀ ਚੰਗੀ ਹਜਾਮਤ ਕੀਤੀ ਤੇ ਬਹੁਤ ਸਾਰਾ ਪੈਸਾ ਲੁੱਟ ਕੇ ਲੈ ਗਿਆ, ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਹੀ। ਹੱਡ ਭੰਨਣੀ, ਖੂਬ ਮਿਹਨਤ ਕਰਨੀ, ਹੱਡ ਭੰਨਣੀ, ਪੰਜਾਬ ਦੇ ਕਿਸਾਨ ਹੱਡ ਭੰਨ ਕੇ ਖੇਤਾਂ ਵਿੱਚ ਅੰਨ ਪੈਦਾ ਕਰਦੇ ਨੇ, ਜੋ ਸਾਡਾ ਅੰਨਦਾਤਾ ਹੈ, ਅੰਨਦਾਤਾ। ਉਹਨੂੰ ਤਾਂ ਸਾਹ ਲੈਣ ਦਾ ਟਾਈਮ ਨਹੀਂ ਹੈ, ਇਹ ਜਿਹੜਾ ਮੁਹਾਵਰਾ ਕਿਤੇ ਨਾ, ਸਾਹ ਨਾ ਲੈਣ ਦੇਣਾ। ਅੰਨਦਾਤੇ ਨੂੰ ਤਾਂ ਕਿਸਾਨੀ, ਜਿਹੜਾ ਕਿਸਾਨੀ ਜੀਵਨ ਆ, ਉਹ ਸਾਹ ਨਹੀਂ ਲੈਣ ਦਿੰਦਾ। ਪਰ ਉੱਪਰੋਂ ਜੇ ਕਰਜ਼ੇ ਚੜ ਜਾਣ, ਫਿਰ ਤਾਂ ਵਿਚਾਰੇ ਨੂੰ ਸਾਹ ਨਹੀਂ ਲੈਣ ਦਿੰਦੇ ਕਰਜ਼ੇ। ਨੈਕਸਟ, ਹੱਥ ਪੀਲੇ ਕਰਨਾ, ਵਿਆਹ ਕਰਨਾ, ਵਿਆਹ ਕਰਨਾ। ਗੁਰਮੀਤ ਸਿੰਘ ਨੇ ਆਪਣੇ ਦੋਨੋਂ ਬੇਟੀਆਂ ਦੀ ਪੜ੍ਹਾਈ ਪੂਰੀ ਹੋਣ ਤੇ ਦੋਨਾਂ ਦੇ ਇਕੱਠੇ ਹੀ ਹੱਥ ਪੀਲੇ ਕਰ ਦਿੱਤੇ, ਚੰਗੇ ਵਾਰ ਲੱਭ ਕੇ। ਚੰਗਾ ਘਰ ਬਾਰ ਮਿਲ ਜਾਣੇ ਤਾਂ ਮਾਪਿਆਂ ਨੂੰ ਬੜੀ ਚਿੰਤਾ ਹੋ ਜਾਂਦੀ ਕਿ ਬੱਚਿਆਂ ਦੀ, ਕੁੜੀਆਂ ਦੀ ਪੜ੍ਹਾਈ ਪੂਰੀ ਹੋ ਗਈ, ਇਹਨਾਂ ਦੀ ਆਪਣੇ ਜ਼ਿੰਮੇਵਾਰੀ ਨਿਭਾ ਹੀ ਲਈਏ, ਗੰਗਾ ਨਹਾ ਲਈਏ। ਗੰਗਾ ਨਹਾਉਣਾ ਵੀ ਮੁਹਾਵਰਾ ਇਹੀ ਹੈ, ਹੱਥ ਪੀਲੇ ਕਰਕੇ ਉਹ ਗੰਗਾ ਨਹਾ ਲਿਆ। ਕਿਹਨਾਂ ਦੇ? ਆਪਣੀਆਂ ਬੱਚੀਆਂ ਦੇ, ਜਿਵੇਂ ਉਹਨਾਂ ਦੀ ਪੜ੍ਹਾਈ ਪੂਰੀ ਹੋਈ। ਠੀਕ ਹੈ, ਵਾਕ ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਆਪਣੇ ਚੁਗਿਰਦੇ ਨੂੰ ਫੋਕਸ ਕਰਕੇ, ਆਪਣੀ ਸਟੂਡੈਂਟ ਲਾਈਫ ਨੂੰ, ਆਪਣੇ ਆਲੇ ਦੁਆਲੇ ਨੂੰ, ਪਰਿਵਾਰਿਕ ਜੀਵਨ ਨੂੰ ਫੋਕਸ ਕਰਕੇ ਵਾਕ ਬਿਲਕੁਲ ਸਿੰਪਲ ਜਿਹੇ ਬਣਾਏ ਦੇ ਨੇ, ਜਿਹੜੇ ਕਿ ਸਮਝ ਵਿੱਚ ਆ ਜਾਣ, ਔਰ ਵਾਕ ਦੇ ਵਿੱਚ ਮੁਹਾਵਰਾ ਯੂਜ਼ ਕਰੇਗਾ। ਔਰ ਪੇਪਰ ਵਿੱਚ ਆਉਣਾ ਹੀ ਇਸ ਤਰ੍ਹਾਂ, ਜੇ 6 ਨੰਬਰ ਦੇ ਮੁਹਾਵਰੇ ਆਉਣੇ ਤਾਂ ਜਿਹੜੇ 1-1 ਨੰਬਰ ਦੇ 6 ਮੁਹਾਵਰੇ ਅਰਥ ਦੱਸ ਕੇ ਵਾਕ ਸਪਸ਼ਟ ਕਰੋ ਵੀ ਆ ਸਕਦਾ। ਠੀਕ ਹੈ, ਇਸ ਕਰਕੇ ਵਾਕ ਦੇ ਵਿੱਚ ਮੁਹਾਵਰੇ ਨੂੰ ਅੰਡਰਲਾਈਨ ਕਰਨਾ ਜ਼ਰੂਰੀ ਹੈ। ਵਾਕ ਵਿੱਚ ਅਰਥ ਨੂੰ ਯੂਜ਼ ਨਹੀਂ ਕਰਨਾ, ਅਰਥ ਨੂੰ ਸਮਝਣਾ ਹੈ। ਹਾਂ, ਕਈ ਵਾਰੀ ਅਰਥ ਆ ਜਾਂਦਾ ਤੇ ਇਹਦਾ ਮੁਹਾਵਰਾ ਲਿਖੋ, ਫਿਰ ਤੁਹਾਨੂੰ ਮੁਹਾਵਰਾ ਵੀ ਪਤਾ ਹੋਣਾ ਚਾਹੀਦਾ। ਨੈਕਸਟ, ਹੱਥਾਂ ਪੈਰਾਂ ਦੀ ਪੈ ਜਾਣੀ, ਘਬਰਾ ਜਾਣਾ, ਘਬਰਾ ਜਾਣਾ, ਅਚਾਨਕ ਪੁਲਿਸ ਆ ਗਈ, ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਠੀਕ ਹੈ, ਇਲਾਕੇ ਵਿੱਚ ਲੁਟੇਰੇ ਆ ਗਏ, ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕੀ ਕਰੀਏ, ਜਾਨ ਤੇ ਬਣ ਗਈ ਨਾ। ਨੈਕਸਟ ਹੈ, ਹੱਥ ਲਾਇਆ ਮੈਲਾ ਹੋਣਾ, ਬਹੁਤ ਸੁੰਦਰ ਹੋਣਾ, ਬਹੁਤ ਹੀ ਸੁੰਦਰ ਹੋਣਾ, ਹੱਥ ਲਾਇਆ ਮੈਲਾ ਹੋਣਾ। ਰਾਮ ਸਿੰਘ ਦੀਆਂ ਬੇਟੀਆਂ ਤਾਂ ਹੱਥ ਲਾਇਆ ਮੈਲਾ ਹੋ ਗਈਆਂ ਨੇ, ਇੰਨੀਆਂ ਪਿਆਰੀਆਂ ਨੇ, ਇੰਨੀਆਂ ਸੋਹਣੀਆਂ ਨੇ। ਅੱਗੇ ਹੱਥ ਤੇ ਹੱਥ ਧਰ ਕੇ ਬਹਿਣਾ, ਵਿਹਲੇ ਫਿਰਨਾ। 10ਵੀਂ ਦੇ ਪੇਪਰ ਦੇ ਕੇ ਮਹਿੰਦਰ ਦਾ ਬੇਟਾ ਹੱਥ ਤੇ ਹੱਥ ਧਰ ਕੇ ਬੈਠਾ ਰਹਿੰਦਾ, ਇਹ ਨਹੀਂ ਕਿ ਆਪਣੇ ਪਿਤਾ ਨਾਲ ਖੇਤੀ ਦੇ ਕੰਮ 'ਚ ਹੱਥ ਵਟਾ ਦੇਵੇ। ਅੱਜ ਕੱਲ੍ਹ ਦੇ ਬੱਚੇ ਪੜ੍ਹਾਈ ਕਰਕੇ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ ਕਿ ਸਾਡੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ, ਸਾਨੂੰ ਆਪੇ ਕਿਤੇ ਨਾ ਕਿਤੇ ਕੋਈ ਕੰਮ ਸੈੱਟ ਕਰਕੇ ਦੇਣਗੇ। ਹੱਥ ਤੰਗ ਹੋਣਾ, ਗਰੀਬੀ ਆਉਣੀ, ਗਰੀਬੀ ਆਉਣੀ। ਕਦੋਂ ਹੱਥ ਤੰਗ ਹੁੰਦਾ? ਜਦੋਂ ਕੋਈ ਕਿਸੇ ਦੇ ਘਰ ਵਿੱਚ ਕੋਈ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਜਾਏ, ਕੋਈ ਦੁੱਖ ਤਕਲੀਫ ਆ ਜਾਏ, ਕੋਈ ਵੱਡਾ ਕਾਰਜ ਨੇਪਰੇ ਚਾੜਨਾ, ਤਾਂ ਹੱਥ ਤੰਗ ਹੋ ਹੀ ਜਾਂਦਾ, ਕਿਉਂਕਿ ਮਹਿੰਗਾਈ ਇੰਨੀ ਹੈ। ਉਹਨੇ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਹੱਥ ਤੰਗ ਹੋ ਗਿਆ, ਇਸ ਸਾਲ ਉਹਦਾ ਹੱਥ ਕਾਫੀ ਤੰਗ ਰਿਹਾ ਕਿਉਂਕਿ ਕੁੜੀ ਦਾ ਵਿਆਹ ਕਰਨਾ ਪਿਆ ਤੇ ਫਿਰ ਉਸਦੇ ਪਿਤਾ ਜੀ ਜਿਹੜੇ ਬਿਮਾਰ ਰਹੇ ਨੇ, ਇਸ ਕਰਕੇ ਉਸਦਾ ਹੱਥ ਕਾਫੀ ਤੰਗ ਹੋ ਗਿਆ। ਆ ਕਿਸਾਨ ਵਿਚਾਰੇ ਆਪਣਾ
ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਜਿਹੜੇ ਨੇ ਬੈਠੇ ਰਹੇ ਧਰਨਿਆਂ ਤੇ, ਉਹਨਾਂ ਵਿਚਾਰਿਆਂ ਦੇ ਪਰਿਵਾਰਾਂ ਦਾ ਤਾਂ ਹੱਥ ਤੰਗ ਹੀ ਰਿਹਾ। ਇਹ ਮਹਿੰਗਾਈ ਨੇ ਤਾਂ ਗਰੀਬਾਂ ਦਾ ਕਾਫੀ ਹੱਥ ਤੰਗ ਕੀਤਾ ਹੋਇਆ। ਠੀਕ ਹੈ, ਹੱਥ ਤੰਗ ਹੋਣਾ ਗਰੀਬੀ ਆਉਣੀ, ਆਰਥਿਕ ਮੰਦਹਾਲੀ ਛਾ ਜਾਣੀ। ਨੈਕਸਟ ਵਨ ਇਸ ਹੱਥ ਵਟਾਉਣਾ। ਸਾਨੂੰ ਵਿਹਲੇ ਸਮੇਂ ਵਿੱਚ ਆਪਣੇ ਮਾਤਾ ਪਿਤਾ ਦੇ ਕੰਮ ਵਿੱਚ ਹੱਥ ਵਟਾਉਣਾ ਚਾਹੀਦਾ, ਮਦਦ ਕਰਨੀ ਚਾਹੀਦੀ ਹੈ। ਸਿਆਣੇ ਬੱਚੇ ਵਿਹਲੇ ਸਮੇਂ ਦੀ, ਇੱਕ ਤਾਂ ਕੱਲ ਦੀ ਕਲਾਸ ਵਿੱਚ ਆਪਾਂ ਲੈਟਰਸ ਕੀਤੀਆਂ ਕਿ ਵਿਹਲੇ ਸਮੇਂ ਦੀ ਸਹਿਯੋਗ ਵਰਤੋਂ ਕਿਵੇਂ ਕਰਨੀ ਹੈ। ਮਾਤਾ ਪਿਤਾ ਦੇ ਕੰਮ ਵਿੱਚ ਹੱਥ ਵਟਾ ਕੇ ਵੀ ਕਰ ਸਕਦੇ ਹਾਂ, ਔਰ ਚੰਗੀਆਂ ਕਿਤਾਬਾਂ ਵੀ ਪੜ੍ਹਨੀਆਂ, ਔਰ ਚੰਗੀਆਂ ਪੁਸਤਕਾਂ ਪੜ੍ਹਨ ਲਈ ਬੱਚੇ ਨੂੰ ਛੋਟੇ ਭਰਾ ਨੂੰ ਪ੍ਰੇਰਨਾ ਵੀ ਇਹ ਦੇਣੀ ਹੈ ਕਿ ਤੇਰੀ ਜਾਂ ਤੇਰੀ ਚੰਗੀਆਂ ਪੁਸਤਕਾਂ ਪੜ੍ਹਨ ਨਾਲ, ਜਿਹੜੀਆਂ ਸਿਲੇਬਸ ਤੋਂ ਨਿਰਧਾਰਿਤ ਪੁਸਤਕਾਂ ਤੋਂ ਬਿਨਾਂ ਪੁਸਤਕਾਂ ਪੜ੍ਹਾਂਗੇ, ਉਸ ਨਾਲ ਤੇਰੇ ਵਿਹਲੇ ਸਮੇਂ ਦੀ ਸਹਿਯੋਗ ਵਰਤੋਂ ਹੋਏਗੀ। ਤੇ ਵਿਹਲੇ ਸਮੇਂ ਦੀ ਸਹਿਯੋਗ ਵਰਤੋਂ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਸਿਆਣੇ ਬੱਚੇ ਆਪਣੇ ਮਾਤਾ ਪਿਤਾ ਦੇ ਕੰਮ ਵਿੱਚ ਹੱਥ ਵਟਾਉਂਦੇ ਹਨ। ਠੀਕ ਹੈ, ਹੱਥ ਵਟਾਉਣਾ ਮਦਦ ਕਰਨੀ। ਨੈਕਸਟ ਹੱਥ ਚੁੱਕਣਾ ਮਾਰਨਾ। ਅੱਜ ਕੱਲ੍ਹ ਦੇ ਬੱਚਿਆਂ ਨੂੰ ਪਿਆਰ ਨਾਲ ਸਮਝਾਓ ਤਾਂ ਠੀਕ ਹੈ, ਹੱਥ ਨਹੀਂ ਚੁੱਕਣਾ ਚਾਹੀਦਾ। ਠੀਕ ਹੈ, ਹੱਥ ਚੁੱਕਣ ਦਾ ਜ਼ਮਾਨਾ ਨਹੀਂ ਹੈ, ਹੱਥ ਚੁੱਕਾਂਗੇ ਤਾਂ ਆਪਣੀ ਬੇਇੱਜ਼ਤੀ ਹੈ। ਅੱਗੇ ਹੈ ਹੱਥ ਤੇ ਧਰਨਾ, ਕੁਝ ਦੇਣਾ, ਕੁਝ ਦੇਣਾ। ਕਿਸੇ ਤੇ ਤਿਉਹਾਰ ਤੇ, ਕੋਈ ਵੀ ਦਿਨ ਤਿਉਹਾਰ ਆਏ ਤਾਂ ਸਾਨੂੰ ਗਰੀਬਾਂ ਦੇ ਹੱਥ ਤੇ ਧਰ ਦੇਣਾ ਚਾਹੀਦਾ, ਕੁਝ ਦਾਨ ਦੇਣਾ ਚਾਹੀਦਾ। ਤੇ ਘਰ ਵਿੱਚ ਬੇਟੀਆਂ ਆਉਣਾ ਤਾਂ ਮਾਤਾ ਪਿਤਾ ਕੁਝ ਨਾ ਕੁਝ ਉਹਨਾਂ ਦੇ ਹੱਥ ਤੇ ਧਰ ਕੇ ਭੇਜਦੇ ਨੇ ਉਹਨਾਂ ਨੂੰ, ਕਿ ਬੇਟੀਆਂ ਨੂੰ ਘਰੋਂ ਖਾਲੀ ਨਹੀਂ ਜਾਣ ਦੇਣਾ। ਹੱਥ ਤੇ ਧਰਨਾ, ਦੇਣਾ, ਕੁਝ ਦੇਣਾ। ਹੱਥ ਧੋ ਬੈਠਣਾ, ਨੁਕਸਾਨ ਕਰ ਬੈਠਣਾ, ਨਿਰਾਸ਼ ਹੋ ਜਾਣਾ ਜਾਂ ਨੁਕਸਾਨ ਕਰ ਬੈਠਣਾ, ਆਪਣੇ ਭਾਈਵਾਲ ਨਾਲ ਵਿਗਾੜ ਕੇ ਉਹ ਚੰਗੀ ਆਮਦਨ ਤੋਂ, ਦੋਨੋਂ ਹੀ ਪਾਰਟਨਰ, ਦੋਨੋਂ ਭਾਈਵਾਲ ਚੰਗੀ ਆਮਦਨ ਤੋਂ ਹੱਥ ਧੋ ਬੈਠੇ, ਆਪਣੇ ਵਪਾਰ ਦਾ ਨੁਕਸਾਨ ਕਰ ਬੈਠੇ, ਆਪਣੇ ਨੌਕਰ ਨਾਲ ਵਿਗਾੜ ਕੇ ਉਹ ਤਾਂ ਚੰਗੀ ਆਮਦਨ ਤੋਂ ਜਿਹੜਾ ਸੇਠ ਹੈ ਉਹ ਹੱਥ ਧੋ ਬੈਠਾ। ਨੈਕਸਟ ਹੈ ਹੱਥ ਪਾਉਣਾ, ਕੰਮ ਸ਼ੁਰੂ ਕਰਨਾ। ਵਾਹਿਗੁਰੂ ਨੇ ਉਹਦਾ ਇੰਨਾ ਸਾਥ ਦਿੱਤਾ ਹੈ ਕਿ ਉਸਦੀ ਚੰਗੀ ਕਿਸਮਤ ਨਿਕਲੀ, ਉਸਨੇ ਜਿਸ ਕੰਮ ਨੂੰ ਵੀ ਹੱਥ ਪਾਇਆ ਇਸ ਸਾਲ ਉਹਦੇ ਵਿੱਚ ਉਹਨੂੰ ਤਰੱਕੀ ਮਿਲੀ ਹੈ। ਉਹਨੇ ਜੇ ਲੋਹੇ ਦੇ ਵਪਾਰ ਵਿੱਚ ਹੱਥ ਪਾਇਆ ਤਾਂ ਉਸਦਾ ਵਪਾਰ ਖੂਬ ਚਮਕਿਆ ਇਸ ਸਾਲ। ਹੱਥ ਫੇਰ ਜਾਣਾ, ਸਭ ਕੁਝ ਲੁੱਟ ਪੁੱਟ ਕੇ ਲੈ ਜਾਣਾ। ਉਹ ਕੌਣ ਲੁੱਟ ਕੇ ਲੈ ਜਾਂਦੇ ਹੈ? ਹਜਾਮਤ ਕਰ ਲੈਣਾ, ਜਿਵੇਂ ਕੋਈ ਨੌਕਰ ਚੁਸਤ ਚਲਾਕ ਹੋਣ ਨਾ, ਉਹਨਾਂ ਨੇ ਬੜਾ ਵਿਸ਼ਵਾਸੀ ਨੌਕਰ ਰੱਖਿਆ ਸੀ ਕਿਸੇ ਦੇ ਕਹਿਣ ਅਨੁਸਾਰ, ਆਪਣੇ ਮਿੱਤਰ ਦੇ ਕਹਿਣ ਅਨੁਸਾਰ, ਪਰ ਉਹ ਮੌਕਾ ਦੇਖ ਕੇ ਸਾਰੀ ਗੋਲਕ ਨੂੰ ਹੱਥ ਫੇਰ ਗਿਆ। ਜਾਂ ਚੋਰ ਆਏ, ਠੀਕ ਹੈ, ਕੋਈ ਅਣਜਾਣ ਵਿਅਕਤੀ ਆਏ, ਆਪਣਾ ਸਮਝ ਕੇ ਗੱਲਾਂ ਵਿੱਚ ਸੇਠ ਦੀ ਸਾਰੀ ਗੋਲਕ ਨੂੰ ਹੱਥ ਫੇਰ ਕੇ ਲੈ ਗਏ, ਮੀਨਸ ਲੁੱਟ ਪੁੱਟ ਕੇ ਲੈ ਜਾਣਾ। ਹੱਥ ਮਲਣਾ, ਪਛਤਾਉਣਾ। ਜਿਹੜੇ ਬੱਚੇ ਸਮੇਂ ਦੀ ਕਦਰ ਨਹੀਂ ਕਰਦੇ ਨਾ, ਉਹ ਹੱਥ ਮਲਦੇ ਹੀ ਰਹਿ ਜਾਂਦੇ ਨੇ। ਠੀਕ ਹੈ, ਉੱਦਮ ਕਰਨ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ। ਉੱਦਮ ਬਿਨ ਹੱਥ ਸੱਖਣੇ ਰਹਿ ਸਨ, ਉੱਦਮ ਥੀ ਭਰਪੂਰ। ਮਿਹਨਤ ਕਰਨ ਨਾਲ ਹੀ ਜ਼ਿੰਦਗੀ ਵਿੱਚ ਕਾਮਯਾਬੀ ਮਿਲਦੀ ਹੈ। ਜਿਹੜੇ ਬੱਚੇ ਸਮੇਂ ਦੀ ਕਦਰ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਬਾਅਦ ਵਿੱਚ ਹੱਥ ਮਲਦੇ ਹੀ ਰਹਿ ਜਾਂਦੇ ਹਨ। ਹੱਥਾਂ ਉੱਤੇ ਪਾਉਣਾ, ਆਪਣੇ ਵੱਸ ਵਿੱਚ ਕਰਨਾ, ਇਸ਼ਾਰਿਆਂ ਤੇ ਨਚਾਉਣਾ। ਅੱਜ ਕੱਲ੍ਹ ਦੀਆਂ ਨੂੰਹਾਂ, ਅੱਜ ਕੱਲ੍ਹ ਦਾ ਜ਼ਮਾਨਾ ਅਜਿਹਾ ਹੋ ਗਿਆ ਕਿ ਅੱਜ ਕੱਲ੍ਹ ਦੀਆਂ ਨੂੰਹਾਂ ਆਪਣੀਆਂ ਸੱਸਾਂ ਨੂੰ ਹੱਥਾਂ ਉੱਤੇ ਪਾ ਕੇ ਰੱਖਦੀਆਂ ਨੇ, ਹੱਥਾਂ ਉੱਤੇ ਪਾਇਆ। ਤੇ ਇੱਕ ਜ਼ਮਾਨਾ ਸੀ ਜਿਹੜੀਆਂ ਸੱਸਾਂ ਇੰਨੀਆਂ ਰੋਹ ਵਾਲੀਆਂ ਸਨ ਕਿ ਆਪਣੀਆਂ ਨੂੰਹਾਂ ਨੂੰ ਹੱਥਾਂ ਤੇ ਪਾ ਕੇ ਰੱਖਦੀਆਂ ਸਨ। ਹੱਥੀ ਛਾਵਾਂ ਕਰਨੀਆਂ, ਇਹ ਤਾਂ ਤੁਹਾਨੂੰ ਬਿਲਕੁਲ ਕਲੀਅਰ ਹੈ ਕਿ ਪੰਜਾਬੀ ਪਿੰਡਾਂ ਦੇ ਲੋਕ ਘਰ ਆਏ ਮਹਿਮਾਨਾਂ ਦੇ ਹੱਥੀ ਛਾਵਾਂ ਕਰਦੇ ਹਨ। ਹੱਥੋਂ ਹੱਥੀ ਲੱਗ ਜਾਣੀ, ਛੇਤੀ ਵਿਕ ਜਾਣੀ। ਕੋਈ ਵੀ ਸਵੀਟ ਸ਼ੋਪ ਦੇਖ ਲਓ, ਕੋਈ ਵੀ ਦੁਕਾਨ ਦੇਖ ਲਓ, ਜਿਹੜਾ ਕੋਈ ਬਹੁਤ ਅੱਛੀ ਚੀਜ਼ ਬਣਾਉਂਦਾ ਨਾ, ਉਹਦੀ ਹੱਥੋਂ ਹੱਥ ਵਿਕ ਜਾਂਦੀ ਹੈ। ਠੀਕ ਹੈ, ਕਿਸੇ ਦੀ ਮਠਿਆਈ ਦੇਖ ਲਓ, ਕੋਈ ਹਲਵਾਈ ਦਾ ਨਾਮ ਲੈ ਕੇ, ਕੋਈ ਜਿਹੜਾ ਦੁਕਾਨਦਾਰ ਦਾ ਨਾਮ ਲੈ ਕੇ, ਕਿ ਉਸਦੀ ਚੀਜ਼ ਬਣਾਈ ਹੋਈ ਹੱਥੋਂ ਹੱਥ ਵਿਕ ਜਾਂਦੀ ਹੈ। ਹਰਨ ਹੋ ਜਾਣਾ, ਦੌੜ ਜਾਣਾ। ਇਹ ਤਾਂ ਆਪਾਂ ਅੱਗੇ ਵੀ ਕੀਤਾ ਹੋਇਆ ਕਿ ਪੁਲਿਸ ਨੂੰ ਦੇਖ ਕੇ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਕਿ ਚੋਰ ਹਰਨ ਹੋ ਗਏ, ਪੁਲਿਸ ਨੂੰ ਵੇਖਦੇ ਹਾਂ ਸਾਰੇ। ਠੀਕ ਹੈ, ਅੱਗੇ ਲਾਸਟ ਹੈ ਇਸ ਪੇਤੇ ਹਵਾਈਆਂ ਉੱਡੀਆਂ, ਚਿਹਰੇ ਦਾ ਰੰਗ ਉੱਡ ਜਾਣਾ। ਸਾਇੰਸ ਦਾ ਔਖਾ ਪੇਪਰ ਦੇਖ ਕੇ, ਹਿਸਾਬ ਦਾ ਔਖਾ ਪੇਪਰ ਦੇਖ ਕੇ ਬੱਚਿਆਂ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ, ਹਵਾਈਆਂ ਉੱਡ ਜਾਣਾ, ਚਿਹਰੇ ਦਾ ਰੰਗ ਹੀ ਉੱਡ ਜਾਣਾ ਕਿ ਪੇਪਰ ਕਿੱਥੋਂ ਆ ਗਿਆ, ਇਹ ਤਾਂ ਲੱਗਦਾ ਆਊਟ ਆਫ ਸਿਲੇਬਸ ਆ ਗਿਆ। ਹਵਾਈਆਂ ਉੱਡਣੀਆਂ, ਬਹੁਤ ਜ਼ਿਆਦਾ ਘਬਰਾ ਜਾਣਾ, ਚਿਹਰੇ ਦਾ ਰੰਗ ਹੀ ਉੱਡ ਜਾਣਾ।
हाजरी भरनी, सेवा विच रहना, सेवा विच रहना, हाजरी भरनी। सानू हर रोज गुरुद्वारे जां मंदर दी भी हाजरी भरनी चाहिए। जे साडी बाकी कम्मां दी रूटीन बनी हुई है कि सवेरे उठ के असीं ब्रेकफास्ट करना है, लंच करना है, पढ़ना है, और जिहड़े व्यापारी लोग ने उन्होंने फिर व्यापार ते जाना है, जिहड़े सर्विसमैन ने उन्होंने अपनी जॉब ते जाना, ते इह वी अपनी रूटीन च शामिल है कि जिस परमात्मा ने सानू जीवन दिता है उस परमात्मा का शुक्रगुजार तो करिए। शुक्र करन लई, परमात्मा दे शुकराने दे लई सानू हर रोज मंदिर जां गुरुद्वारे हाजरी भरनी चाहिए। ठीक है, क्लीयर है बेटे? इत्थों तक कर लईए अज आपां, इस विच बोलो सफिशेंट है ने, ये कंप्लीट करिए आपां, 20 कर ले, 30 तक ही करने हैं आपां, 30 तक कंप्लीट करने हैं। चलो बाकी मंडे कर लांगे, नाले ये रिवाइज भी कर लांगे बेटे। हुण आपां गल करिए तुकां ते आधारित लेख किते, आपां किहड़े किहड़े लेख किते, कौन दसेगा? तुकां ते आधारित लेख ते आम विषय वाले लेख जिहड़े तुहाडे सिलेबस विच ने। यस बेटे, सिलेबस विच एक आम विषय वाले लेख आ रहे हैं, राइटिंग स्किल, जो तुहाडी राइटिंग स्किल है ना, ठीक है, राइटिंग स्किल मीन्स लिखन कौशल, इहनू कहिंदे आ लिखन कौशल। तुहाडे 3 पार्ट्स ने आपके पेपर विच, लिखन कौशल है, व्याकरण है, ते पाठ पुस्तक है। केड़ा पाठ नहीं है? फाइनल टर्म, टर्म 2, ठीक है, व्याकरण है, ग्रामर, ठीक है, पाठ पुस्तक लिटरेचर। केड़ा पाठ नहीं है अपने सिलेबस विच, बोलो? हुन फाइनल टर्म रीडिंग स्किल, रीडिंग स्किल नहीं है, ठीक है, रीडिंग स्किल सिलेबस च नहीं है, मीन्स पढ़न कौशल ये अपने सिलेबस च नहीं है, ठीक है। राइटिंग स्किल अपनी 15 नंबर दी है, पाठ पुस्तक 15 नंबर दी है, 10 नंबर दी अपनी ग्रामर है, ठीक है। हुण आपां गल करिए कि लेख 8 मार्क्स आना पेपर च, ठीक है, 8 मार्क्स से लेख दे विच लिखन कौशल दे विच केड़े केड़े लेख आने हैं? लिखन कौशल च आम विषय, आम विषय विच केड़े केड़े लेख किते, कोई दस सकदा केड़े केड़े लेख आपां कर चुके हैं? यस बेटे, आम विषय वाले लेख एक पेटी 3 च भी किते, लीजा। हां जी बेटे, लीजा। महंगाई, भ्रिष्टाचार, प्रदूषण, समय दी कदर। वेरी गुड, समस्यावां कितियां? प्रदूषण, महंगाई, ठीक है, भ्रिष्टाचार। हुण एक बार आपां इहनां नूं समझ लईए, ए समस्यावां ने ते इक आम विषय, आम विषय केड़े किते आपां, ए वी आम विषय ही हन। एक आम विषय किता समय दी कदर, एक मात भाषा, ठीक है, एक आपां लेख करना है उह आपां मंडे करांगे पुस्तकां दी महानता, ठीक है, जो आपां लैटर कीती है, क्योंकि ये भी लैटर दे रूप च आ जाना कि मित्र नूं, छोटे भरा नूं समय दी कदर करन लई प्रेरणा दिओ, मित्र नूं मात भाषा दे प्रति प्यार भरिया सलीका रखण लई, मात भाषा दे प्रति प्यार दी भावना, सत्कार दी भावना रखण लई प्रेरणा दिओ। और ये की है? अखबार दे संपादक नूं पत्र, दफ्तरी पत्र च वध रही महंगाई बारे, वध रहे भ्रिष्टाचार बारे, वध रहे प्रदूषण बारे, ठीक है। और लेख जदों करना है एक जान पछाण होंदी है, ठीक है, दैन समस्या का की होंदा अर्थ, फिर वाधे के कारण, ठीक है, दैन की होंदा प्रभाव, दैन दूर करन दे सुझाव। इन्हां नूं फोकस करके एक राइटिंग स्किल है, केड़ी राइटिंग स्किल? समस्यावां दी, ठीक है, दूर करन दे सुझाव। इंट्रोडक्शन पैरा सेम तुहानूं करवाया होया, ਇਹ ਤਾਂ ਸੀ ਆਮ ਵਿਸ਼ੇ। ਇੱਕ ਆਪਾਂ ਲੇਖ ਕਰਾਂਗੇ ਪੁਸਤਕਾਂ ਦੀ ਮਹਾਨਤਾ, ਕਿ ਪੁਸਤਕਾਂ ਸਾਡੀਆਂ ਪੱਕਾ ਸਾਥੀ ਕਿਵੇਂ ਹਨ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਜਿਹੜੇ ਆਪਾਂ ਤੁਕਾਂ ਤੇ ਆਧਾਰਿਤ ਲੇਖ ਨੇ ਉਹ ਕਿਹੜੇ ਕਿਹੜੇ ਕਿੱਤੇ ਨੇ? ਯੈਸ, ਇਹ ਤਾਂ ਹੋ ਗਏ 3 ਆਮ ਵਿਸ਼ੇ ਹੋ ਗਏ, ਸਮੇਂ ਦੀ ਕਦਰ, ਠੀਕ ਹੈ, ਦੈਨ ਮਾਤ ਭਾਸ਼ਾ, ਪੁਸਤਕਾਂ ਦੀ ਮਹਾਨਤਾ,
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਮ ਵਿਸ਼ੇ ਹੋ ਸਕਦੇ ਜਿਹੜੇ ਤੁਸੀਂ 8th ਵਿੱਚ ਕੀਤੇ ਆ, ਵਿਦਿਆਰਥੀ ਤੇ ਅਨੁਸ਼ਾਸਨ ਕੀਤਾ, ਵਿਦਿਆਰਥੀ ਤੇ ਫੈਸ਼ਨ ਕੀਤਾ, ਆਦਰਸ਼ ਵਿਦਿਆਰਥੀ ਦੇ ਗੁਣ, ਆਪਣੇ ਆਪ ਨੂੰ ਆਦਰਸ਼ ਵਿਦਿਆਰਥੀ ਸਮਝ ਕੇ ਜਿੰਨੇ ਮਰਜ਼ੀ ਗੁਣ ਦੱਸ ਦਿਓ ਕਿ ਇੱਕ ਆਦਰਸ਼ ਵਿਦਿਆਰਥੀ ਹੈ ਜਿਹੜਾ ਉਹ ਪਹਿਲਾਂ ਤਾਂ ਵਿਦਿਆ ਪ੍ਰਾਪਤੀ ਉਹਦਾ ਮੂਲ ਉਦੇਸ਼ ਹੈ, ਫਿਰ ਉਹ ਮਿਹਨਤੀ ਹੈ, ਪ੍ਰਤੀਯੋਗਤਾਵਾਂ ਵਿੱਚ ਭਾਗ ਲੈਂਦਾ ਹੈ, ਠੀਕ ਹੈ, ਦੈਨ ਇਕਾਗਰਚਿਤ ਹੋ ਕੇ ਪੜ੍ਹਦਾ ਹੈ, ਮਿਲਾਪੜਾ ਹੈ, ਮਿਠਾਸ ਤੇ ਨਿਮਰਤਾ ਧਾਰਨ ਕੀਤੀ ਹੋਈ ਹੈ, ਉਹ ਹੰਕਾਰ ਤੋਂ ਰਹਿਤ ਹੈ। ਆ ਜਿਹੜੇ ਟੁੱਕਾਂ ਵਾਲੇ ਕਿਤੇ ਉਹੀ ਹੈ, ਠੀਕ ਹੈ। ਦੈਨ ਉਹ ਇੱਕ ਸਮਾਜ ਸੇਵਕ ਹੈ, ਫਿਰ ਸੱਚਾ ਸੁੱਚਾ ਦੇਸ਼ ਦਾ ਨਾਗਰਿਕ ਬਣੇਗਾ, ਇੱਕ ਆਦਰਸ਼ ਵਿਦਿਆਰਥੀ, ਫਿਰ ਇੱਕ ਸੱਚਾ ਸੁੱਚਾ ਦੇਸ਼ ਭਗਤ ਬਣੇਗਾ। ਇਹ ਆਦਰਸ਼ ਵਿਦਿਆਰਥੀ ਦੇ ਗੁਣ ਨੇ ਕਿ ਜਿਹਦੇ ਵਿੱਚ ਆਚਰਨਿਕ ਗੁਣ ਸਾਰੇ ਹੋਣ, ਕਿ ਵਿਦਿਆ ਪ੍ਰਾਪਤੀ ਦੇ ਨਾਲ ਨਾਲ ਉਹਦੇ ਅੰਦਰ ਸਾਰੇ ਆਚਰਨਿਕ ਗੁਣਾਂ ਦਾ ਵਿਕਾਸ ਹੋਵੇ। ਇਹ ਵਿਦਿਆਰਥੀ ਤੇ ਖੇਡਾਂ ਦੇ ਵਿੱਚ ਵੀ ਇਹੀ ਗੁਣ ਆ ਜਾਣੇ। ਇਹ ਆਮ ਵਿਸ਼ੇ ਤੁਸੀਂ ਔਰ ਮੋਰ ਓਵਰ ਨੁਕਤੇ ਦਿੱਤੇ ਹੋਣਗੇ, ਉਹਨਾਂ ਨੂੰ ਤੁਸੀਂ ਐਕਸਪਲੇਨ ਕਰਨਾ, ਠੀਕ ਹੈ। ਮੇਨ ਫੈਕਟਸ ਦਿੱਤੇ ਹੋਣਗੇ, ਉਹਨਾਂ ਨੂੰ ਐਕਸਪਲੇਨ ਕਰਨਾ ਲੇਖ ਵਿੱਚ, ਰਾਈਟਿੰਗ ਸਕਿੱਲ ਜੋ ਕਿ 8 ਮਾਰਕਸ ਹੀ ਹੈ। ਤੁੱਕਾਂ ਤੇ ਆਧਾਰਿਤ ਲੇਖ ਦੱਸ ਸਕਦੇ ਹੋ ਕਿਹੜੇ ਕਿਹੜੇ ਕਰ ਲਏ ਆਪਾਂ? ਯੈਸ ਬੇਟੇ, ਕੌਣ ਦੱਸੇਗਾ? ਤੁੱਕਾਂ ਤੇ ਆਧਾਰਿਤ ਲੇਖ, ਫਿਰ ਆਪਾਂ ਜਿਹੜਾ ਲੇਖ ਤੁਸੀਂ ਕਹਿੰਦੇ ਹੋ। ਹਾਂਜੀ ਦਿਵਿਆ ਮੈਮ, ਮਨਜੀਤ, ਜਗਜੀਤ, ਮਿੱਠਟ ਨੀਵੀ ਨਾਨਕਾ, ਸੋ ਕਿਉਂ ਮੰਦਾ ਆਖੇ ਔਰ ਅਭੀ ਨਾਨਕ ਦੁਖਿਆ ਸਭ ਸੰਸਾਰ। ਬੇਟੇ ਇੱਕ ਚੁੱਪ ਸੌ ਸੁਖ ਨਹੀਂ ਕੀਤਾ ਆਪਾਂ? ਹਾਂ ਮੈਮ, ਵੋ ਵੀ ਹੈ। ਹਾਂ ਕੀਤਾ ਸੀ ਬੱਚੇ? ਯੈਸ ਮੈਮ, ਕਰ ਲਿਆ ਹੋਇਆ ਨਾ? ਇਹ ਆਪਾਂ ਹੁਣ ਰਿਵਾਈਜ਼ ਕਰਾਂਗੇ ਨਾ। ਇੱਕ ਚੁੱਪ ਸੌ ਸੁਖ, ਇਹ ਇੱਕ ਅਖਾਣ ਹੈ, ਬਾਕੀ ਸਾਰੀਆਂ ਗੁਰਬਾਣੀ ਦੀਆਂ ਤੁੱਕਾਂ ਨੇ। ਮਿੱਠਤ ਨੀਵੀ ਨਾਨਕਾ ਗੁੰਚਣੀਆਂ ਤਾਂ, ਠੀਕ ਹੈ, ਔਰ ਸਭ ਦਾ ਇੰਟਰੋਡਕਸ਼ਨ ਪੈਰਾ ਸੇਮ, ਇੱਕ ਨਾਨਕ ਦੁਖਿਆ ਸਭ ਸੰਸਾਰ, ਇਹ ਆਪਾਂ ਅੱਜ ਲੇਖ ਕਰਦੇ ਹਾਂ ਕਿਉਂਕਿ ਆਪਾਂ ਇਨਕੰਪਲੀਟ ਰੱਖਿਆ ਹੋਇਆ ਹੈ। ਇੱਕ ਆਪਾਂ ਕੀਤਾ ਸੀ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਜਾਂ, ਔਰ ਇਹਦੇ ਚ ਤਿੰਨ ਤੁੱਕਾਂ ਤਾਂ ਗੁਰੂ ਨਾਨਕ ਦੇਵ ਜੀ ਦੀਆਂ, ਚਾਰ ਤੁੱਕਾਂ ਨੇ। ਸੋ ਕਿਉਂ ਮੰਦਾ ਆਖੀ ਹੈ, ਇਹ ਚਾਰੇ ਤੁੱਕਾਂ ਨਾ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੀਆਂ ਉਚਾਰੀਆਂ ਹੋਈਆਂ, ਔਰ ਚਾਰਾਂ ਵਿੱਚ ਅਟਲ ਸੱਚਾਈ ਬਿਆਨ ਕੀਤੀ ਆ, ਔਰ ਇਹ ਇੱਕ ਪ੍ਰਸਿੱਧ ਅਖਾਣ ਹੈ, ਇਹ ਵੀ ਇੱਕ ਅਟਲ ਸੱਚਾਈ ਹੈ ਕਿ ਚੁੱਪ ਰਹਿਣ ਦੇ ਬਹੁਤ ਸਾਰੇ ਫਾਇਦੇ ਹਨ। ਹੁਣ ਆਪਾਂ ਗੱਲ ਕਰੀਏ ਨਾਨਕ ਦੁਖਿਆ ਸਭ ਸੰਸਾਰ। ਯੈਸ, ਕੌਣ ਦੱਸੇਗਾ ਇਹਦਾ ਇੰਟਰੋਡਕਸ਼ਨ ਪੈਰਾ? ਯੈਸ ਬੱਚੇ ਬੋਲੋ, ਆਪਣੀ ਆਪਣੀ ਬੁੱਕ ਦੇਖੋ, ਬੁੱਕ ਦੇ ਵਿੱਚ ਇਹ ਸਾਰੇ ਲੇਖ ਦਿੱਤੇ ਹੋਏ ਨੇ। ਇੰਟਰੋਡਕਸ਼ਨ ਪੈਰਾ ਕੀ ਹੈ? ਸੇਮ ਉਵੇਂ ਪਰਮਾਤਮਾ ਦੀ ਬਣਾਈ ਹੋਈ, ਪਰਮਾਤਮਾ ਦੀ ਸਾਜੀ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਮਨੁੱਖ ਬੜੀ ਹੀ ਅਨਮੋਲ ਦਾਤ ਹੈ, ਇਹ ਆਪਾਂ ਸਭ ਨੇ ਕੀਤਾ ਹੋਇਆ। ਲੀਜ਼ਾ ਦੱਸੇਗੀ? ਯੈਸ ਬੱਚੇ ਲੀਜ਼ਾ। ਪਰਮਾਤਮਾ ਦੀ ਸਾਜੀ ਹੋਈ ਇਸ ਸ੍ਰਿਸ਼ਟੀ ਵਿੱਚ ਮਨੁੱਖ ਅਜਿਹੀ ਅਨਮੋਲ ਦਾਤ ਹੈ ਜੋ ਇਸ ਸੰਸਾਰ ਵਿੱਚ ਆ ਕੇ ਸੰਸਾਰਕ ਝਮੇਲਿਆਂ 'ਚ ਫਸ ਕੇ ਆਪਣੇ ਅਸਲ ਮਕਸਦ ਨੂੰ ਹੀ ਭੁੱਲ ਗਿਆ। ਉਹ ਇਹ ਭੁੱਲ ਗਿਆ ਕਿ ਪ੍ਰਭੂ ਦਾ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ। ਯੈਸ, ਪ੍ਰਭੂ ਦਾ ਕੀ ਬੋਲਿਆ ਲਾਸਟ ਲਾਈਨ? ਯੈਸ ਬੱਚੇ, ਲਾਸਟ ਲਾਈਨ ਕੀ ਬੋਲੀ ਤੁਸੀਂ? ਪ੍ਰਭੂ ਦਾ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ, ਦਵਾਈ ਹੈ। ਇੰਟਰੋਡਕਸ਼ਨ ਪੈਰਾ ਸੇਮ, ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਕੀ ਹੈ, ਮੂਲ ਕਾਰਨ ਕੀ ਹੈ? ਮੂਲ ਕਾਰਨ ਹੈ ਹੰਕਾਰ ਵਿੱਚ ਆਉਣਾ। ਹੰਕਾਰ ਵਿੱਚ ਇਨਸਾਨ ਕਦੋਂ ਆਉਂਦਾ? ਜਦੋਂ ਉਸ ਕੋਲ ਲੋੜ ਤੋਂ ਜ਼ਿਆਦਾ ਪੈਸਾ ਆ ਜਾਂਦਾ, ਲੋੜ ਤੋਂ ਜ਼ਿਆਦਾ ਕੀ ਉਹਦੀਆਂ ਇੱਛਾਵਾਂ ਦੀ ਪੂਰਤੀ ਹੋਣ ਲੱਗ ਜਾਂਦੀ। ਇੱਕ ਤਾਂ ਉਦੋਂ ਇਨਸਾਨ ਹੈ ਜਿਹੜਾ ਹੰਕਾਰ ਵਿੱਚ ਆਇਆ ਦੁਖੀ ਹੁੰਦਾ ਹੈ, ਮੁਸੀਬਤਾਂ ਵਿੱਚ ਘਿਰ ਜਾਂਦਾ, ਤੇ ਇੱਕ ਦੁੱਖਾਂ ਦਾ ਮੂਲ ਕਾਰਨ ਹੁੰਦਾ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ। ਕਿ ਜਿਹੜੀਆਂ ਇਨਸਾਨ ਨੇ ਆਪਣੇ ਮਨ ਵਿੱਚ ਇੱਛਾਵਾਂ ਰੱਖੀਆਂ ਹੋਈਆਂ, ਇੱਕ ਇੱਛਾ ਪੂਰੀ ਹੋਈ ਦੂਜੀ ਆਪਣੇ ਮਨ ਵਿੱਚ ਆ ਗਈ, ਉਹ ਇੱਛਾਵਾਂ ਦੀ ਜਦੋਂ ਪੂਰਤੀ ਨਹੀਂ ਨਾ ਹੁੰਦੀ, ਇਨਸਾਨ ਦੁਖੀ ਹੁੰਦਾ, ਠੀਕ ਹੈ, ਦੁਖੀ ਹੁੰਦਾ ਨਾ। ਇਸ ਤੁੱਕ ਦਾ ਅਰਥ ਕੀ ਹੈ? ਇਹ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁੱਕ ਹੈ, ਜਿਸ ਵਿੱਚ ਉਹਨਾਂ ਨੇ ਅਟਲ ਸੱਚਾਈ ਬਿਆਨ ਕੀਤੀ ਹੈ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਜਿਹਾ ਇਨਸਾਨ ਨਹੀਂ ਹੈ ਜਿਹੜਾ ਸੁਖੀ ਹੋਵੇ। ਸਾਰੇ ਹੀ ਪ੍ਰਾਣੀ, ਸਾਰੇ ਹੀ ਜੀਵ, ਸੰਸਾਰਕ ਜੀਵ ਕਿਸੇ ਨਾ ਕਿਸੇ ਰੂਪ ਵਿੱਚ ਦੁੱਖਾਂ ਵਿੱਚ ਘਿਰੇ ਹੋਏ ਨੇ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ।
ठीक है, कोई भी इंसान दुखों तो बच नहीं सकिया क्योंकि दुख सुख दोनों प्रभु की आ गया। ये दुख ते सुख ता जीवन दे दो अंग हन। हर कोई इंसान समझदा है कि मेरे तो वड्डा दुखी कोई नहीं। इस गल नूं गुरु नानक देव जी स्पष्ट कर फरीद जी स्पष्ट करते हैं, फरीदा मैं जाणिया दुख मुझ को दुख सभाया जग, उच्चे चढ़ के देखिया घर घर यह आग। दुखां दा मूल कारण की है? ठीक है, पहला इंट्रोडक्शन तेरा हो गया जान पछाण, फिर है तुक दा अर्थ। तुक दा अर्थ जो लिखना फरीद जी का श्लोक लिखना, एदे विच फरीद जी का श्लोक ठीक है आ जाना। दैन हुण है दुखां दा मूल कारण, फिर आपां गल करनी है दुखां दा मूल कारण की है। मूल कारण दैन है संसार दुखां दा घर, ठीक है। नेक्स्ट है, नेक्स्ट की पॉइंट बनाओगे, संसार दुखां दा घर है, उस तो अगे दुख दारू है। दुख सुख जीवन दे हिस्से ने, दुख सुख जीवन दे हिस्से। वैसे तो यह दोनों ही एदे विच पॉइंट्स इकट्ठे ही आ जाने, दुख सुख जीवन दे हिस्से। फिर कहना है दुख दारू है, दुख दारू। दैन फिर परमात्मा का सिमरन, परमात्मा का सिमरन ही दवाई है। नेक्स्ट है सारंश, ठीक है, परमात्मा का सिमरन फिर है सारंश। सारंश तो सबनों पता है, पकड़ी लिखते हैं सारे जिन्हिया भी टुकड़ के आधार पर लिखने वो कि परमात्मा का नाम जपया जाए, परमात्मा के इंसानों प्यार करिए, सरबत के भले की जाचना करिए, ठीक है, इच्छावान बता वधाइए ना, तो मीनस असी दुखों तो बच सकते हाँ। हूँ आप गल करिए दुखों का मूल कारण की है, कोई दस सकता दुखों का मूल कारण की है? यस बटे, क्योंकि प्रेशन यही पैदा होंगे कि दुखा दुख आप कि जिंदगी चाहते ने। एक तो दुख होंगे ने ना अमीर गरीबों के सांझे दुख, कुदरती दुख है ना, एक तो कुदरती दुख होंगे ने ना, पर एक दुख असी आप सहेड़े हुए है। मनुख दुखा विच घिरिया क्यों हुए है? दुखां दी असली जड़ की है? जिदे विच गुरबाणी विच भी आया की आया, गुरबाणी विच होमे विच जग उपजे पुरखा, नाम बिसरिया दुख पाई है। इत्थे कोटेशन लिखनी है दुखां दा मूल कारण की है, होमे विच सुख उपजे पुरखा, नाम बिसारिया दुख पाईए, नाम बिसारिया दुख पाइए। नाम विसार दिता तो दुख पाइए, दुख असी पाते। दुखों का मूल कारण है अहंकार का आ जाना। जो मनुख के दिमाग में अहंकार आ जाता है ना, तो उसका दिमाग है जरा वह आसमान में चढ़ जाता, पुत्र जाता, मच्छर जाता। अजिहा करद उसनों कोई भी इंसान इंसान नहीं जापता, वह हमेशा पर नू झाकदा, नीचे वाल देखता ही नहीं है, ते ओ रब दी होंद नू बिल्कुल भुल जांदा। रब दी बनाई सृष्टि नू तां ओ बिल्कुल चेते नहीं रखदा, जिस करके ओ दुखां विच घिर जांदा। फिर गल करिए संसार दुखां दा घर किवें है। जे आपां संसार विल झाती मारीए तां सानू महसूस हुंदा कि हर कोई दुखी है। हस्पताल दा चक्कर मार लईए, उत्थे मरीज जिहड़े ने बिलकरे ने, कचहरियां विच चक्कर ला के आईए, कचहरियों में देखिए तो लोग मारे मारे फिर ने अपने जस्टिस की उम्मीद, न्याय की उम्मीद, कोई पैसे की दौड़ पिछे लगा हुआ ता दुखी है, किसी को पैसा नहीं है ता दुखी है, हेरा फेरिया चोर बजारी डकैती लुट कसुट खिचा धोई, सार कोई खिचा धोई विच लगा हुआ कि मैं अगे निकल जा, सब कुछ मेरे कोल होवे, इस करके सब दुखी ने, इस करके दुखा तो कोई बच ही नहीं सकिया। संसार विच हर कोई मनुख सोचता है कि मेरे को सब हो, सब कुछ हो गए। हुण गल करिए कि जे आप अमीर लोगों वाल देखिए तो अमीर लोगों ने अपने दुख आप सहेड़े हुए ने, क्योंकि जड़े काला बाजारी करने वाले ने, जमाखोर ने, वह भी दुखी ने। जे आप सोचिए कि वो क्यों दुखी ने, उन्होंने को सब कुछ है,
पैसा है, दौलत है, आलीशान कोठियां ते बंगले ने, वह क्यों दुखी ने? वह सब तो ज्यादा बड़े दुखी ने। जिन्ना वड्डा सिर उन्निया वड्डियां पीड़ां। जिन्ना ज्यादा कोई धनवान है ना, पैसे वाला है, उन्निया ही वह मुश्किलों विच घिरिया होया, मानसिक चिंतावां दा शिकार है, मानसिक तनाव दा शिकार है। हुण तां यही मुसीबत है ना बनी हुई, पैसा संभालना किवें, कोई लुट के ही ना लै जाए, सब तो वड्डी चिंता है। और अजे व्यक्ति जड़े ने तनवान व्यक्ति, सब तो ज्यादा ब्लड प्रैशर का यह शरीरक दुख भी इन्होंने सहेड़े हुए ने। अजे लोग ब्लड प्रैशर का शिकार होए हुए ने, दिमागी बीमारियों का शिकार होए हुए ने। दूजे पासे गरीब लोग ने जड़े आर्थिक तंगियां करके परेशान ने, उन्होंने चिंता है कि उन्होंने घर दिया जड़िया जरूरत ही पूरिया नहीं होंगे। ठीक है, कुछ एक अमीर गरीबा के सांझे दुख ने, जो कोई दुर्घटनावां हो जाती है, दुर्घटना हो जाती है, ठीक है, जां कोई कुदरती करोपी आ जाती है, ठीक है, अजे दुख तो हर एक आते हैं। अजे जो दुख आते हैं, मुसीबत आदि ने, तो कुदरत कोई ये नहीं देखती कि अमीर है इसमें नहीं यदा असर होना। ये अमीर होवे गरीब होवे, जड़ियां कुदरती करोपियां आंदियां ने, कोई दुर्घटनावां वापरदियां ने, ये अमीरां ते गरीबां दा ना ख्याल रख के ये सब दे सांझे दुख ने। ठीक है, बाकी आपां नैक्सट क्लास विच मंडे दी क्लास च डिस्कस करांगे। बटे तुसीं अपना नोटबुक कंप्लीट करके सेंड करनी है। हैप्पी बसंत टू ऑल ऑफ यू। थैंक यू सो मच।